5 ਮੰਥਸ ਹੋ ਗਏ ਹਾਂਜੀ ਕਿੰਨਾ ਘਟ ਗਿਆ weight 5 ਮੰਥਸ ਦੇ ਵਿੱਚ 25-6 ਕਿਲੋਸ ਹਾਂਜੀ ਮੇਰੇ ਵਾਲ ਵੀ ਅੱਗੇ ਨਾਲੋਂ ਝੜ ਗਏ ਨੇ ਕਾਫੀ ਮੈਂ ਉਹੀ ਦੱਸਦਾ ਨਾ ਤੁਹਾਨੂੰ એનર્ਜੀ ਦੀ ਲੋੜ ਆ ਹਾਂਜੀ ਹਾਂਜੀ ਵਾਲ ਤਾਂ ਜਿਨ੍ਹਾਂ ਦਾ ਵੀ ਭਾਰ ਘਟਦਾ ਵਾਲ ਝੜਦੇ ਆ ਜਦੋਂ ਭਾਰ ਰੁਕ ਜਾਂਦਾ ਫਿਰ ਵਾਲ ਰੁਕ ਜਾਂਦੇ ਆਪਾਂ ਨੂੰ ਡਰ ਹੁੰਦਾ ਕਿਤੇ ਬਿਲਕੁਲ ਹੀ ਨਾ ਝੜ ਜਾਣ ਇਸ ਤਰ੍ਹਾਂ ਕਿਸੇ ਪੇਸ਼ੈਂਟ ਦਾ ਅਜ ਤੱਕ ਨਹੀਂ ਇਦਾਂ ਨਹੀਂ ਹੋਇਆ ਕਿ ਬਿਲਕੁਲ ਝੜ ਜਾਣ ਪਰ ਚੰਗੇ ਝੜਦੇ ਆ ਬਟ ਇਹ ਜਦੋਂ ਵੇਟ ਬੰਦ ਹੋ ਗਿਆ ਘਟਣਾ ਉੱਥੇ ਰੁਕ ਜਾਣਾ ਫਿਰ ਦੁਬਾਰਾ ਆ ਜਾਂਦੇ ਸਾਰੇ ਜੇ ਆਪਾਂ ਚਾਹੁੰਦੇ ਹਾਂ ਕਿ ਘੱਟ ਚੜਨ ਉਹਦਾ ਤਰੀਕਾ ਕੀ ਹੈ ਜਾਂ ਤਾਂ ਅੰਡੇ 5-6 ਡੇਲੀ ਦੇ ਲੱਸੀ ਦੇ ਮੈਂ ਤੁਹਾਨੂੰ ਦੱਸਿਆ ਤਾਂ ਬਾਰ ਬਾਰ ਕਿ ਲੱਸੀ ਚ ਬਹੁਤ ਜਿਆਦਾ ਪਾਵਰ ਹੈ ਲੱਸੀ ਦੇ ਵਿਚ ਪ੍ਰੋਟੀਨ ਦੂਜਾ ਪਿਓਰ ਮਿਲਕ ਪੀਓਗੇ ਮੱਝ ਦਾ ਪੀਓਗੇ ਉਹ ਤਾਂ ਤੁਹਾਨੂੰ ਚੰਗੇ ਨੀ ਲੱਗਣਾ ਕਿਉਂਕਿ ਫੈਟ ਬਹੁਤ ਜਿਆਦਾ ਤਾਂ ਹੀ ਤੁਸੀਂ ਦੱਸਦੇ ਨਾ ਉਹਦੇ ਨਾਲ ਜੀ ਕੱਚਾ ਜਿਹਾ ਹੁੰਦਾ ਲੱਸੀ ਕਿਉਂ ਬੈਟਰ ਡਾਈਜੈਸਟ ਹੁੰਦੀ ਹੈ ਕਿ ਲੱਸੀ ਚ ਫੈਟ ਘੱਟ ਹੈ ਤੇ ਉਹਦੇ ਨਾਲ ਨਾਲੇ ਤਾਂ ਵੇਟ ਨੀ ਵੱਧਦਾ ਆਪਣਾ ਨਾਲੇ ਤੁਹਾਨੂੰ ਉਹਦੇ ਨਾਲ ਤੁਹਾਡੇ ਚਿਹਰੇ ਤੇ ਗਲੋ ਤੇ ਇਹ ਸਾਰਾ ਚੀਜ਼ਾਂ ਦਾ ਤੁਹਾਨੂੰ ਐਡਵਾਂਟੇਜ ਹੋਣੀ ਹੈ